पिछले दिनी गुरु नानक मिशन नेत्रहीन बिरध आश्रम सपरौर नंगल जीटी रोड फगवाड़ा विखे 28वां सालाना संत समागम करवाया गया, जिस विच सब तो पहला श्री अखंड पाठ साहिब जी दे भोग पाए गए। उपरांत एक कीर्तन दरबार दा आयोजन किया गया, जिस विच भाई सीतल सिंह सितारा यूके, भाई जसपाल सिंह जी अखंड कीर्तनी जथा जलंधर, भाई संबीर सिंह जी जलंधर वाले, भाई बलविंदर सिंह जी हजूरी रागी नानकसर मज्जा अते गुरु नानक नेत्रहीन बिरध आश्रम दे बच्चियां वालों कीर्तन दी हाजरी लगवाई गई अते पहुंचियां होईयां संगतां नूं गुरु घर दी बाणी नाल जोड़िया। इस मौके आईयां होईयां संगतां वास्ते चाह पकौड़े अते गुरु के लंगरां दा अटुट प्रबंध कीता होया सी। ਇੱਥੇ ਇਹ ਗੱਲ ਖਾਸ ਜ਼ਿਕਰਯੋਗ ਹੈ ਕਿ ਨੇਤਰਹੀਨ ਬਿਰਧ ਆਸ਼ਰਮ ਪਿਛਲੇ ਲੰਮੇ ਸਮੇਂ ਤੋਂ ਸਰਦਾਰ ਅਵਤਾਰ ਸਿੰਘ ਮਾਨ, ਸਰਦਾਰ ਸੀਤਲ ਸਿੰਘ ਸਿਤਾਰਾ, ਸਵਰਗਵਾਸੀ ਗਿਆਨ ਸਿੰਘ ਸੁਰਜੀਤ, ਸਵਰਗਵਾਸੀ ਸਰਦਾਰ ਰਜਿੰਦਰ ਸਿੰਘ ਪੱਟੀ, ਸਰਦਾਰ ਤਰਲੋਚਨ ਸਿੰਘ ਅਟਵਾਲ, ਪ੍ਰਧਾਨ ਬਾਬਾ ਫਤਿਹ ਸਿੰਘ ਐਂਡ ਗੁਰੂ ਨਾਨਕ ਮਿਸ਼ਨ ਫਾਰ ਬਲਾਈਂਡ ਸੁਸਾਇਟੀ ਕੈਨੇਡਾ ਵੱਲੋਂ ਚਲਾਇਆ ਜਾ ਰਿਹਾ ਹੈ ਅਤੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨ ਲਈ ਸਮੇਂ ਸਮੇਂ ਤੇ ਅਜਿਹੇ ਧਾਰਮਿਕ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਹੈ। ਮਨੁੱਖਤਾ ਦੇ ਕਾਰਜ ਨੇ ਅਸਲ ਵਿੱਚ
ਜਦੋਂ ਕੋਈ ਥੋੜੇ ਬੰਦੇ ਦਰਦ ਰੱਖਣ ਵਾਲੇ ਏਡਾ ਵੱਡਾ ਜ਼ਿੰਮੇਵਾਰੀ ਚੁੱਕ ਰਹੇ ਹੁੰਦੇ ਨੇ ਕਿ ਅਸੀਂ ਇਹ ਕੰਮ ਕਰਾਂਗੇ ਤੇ ਉਹ ਸਮਾਜ ਦਾ ਸ਼ਿੰਗਾਰ ਬਣ ਜਾਂਦੇ ਉਹਨਾਂ ਨੂੰ ਬੜਾ ਸਤਿਕਾਰ ਦਿੰਦੀ ਹੈ ਕੌਮ ਤੇ ਮੈਨੂੰ ਯਾਦ ਆ 15 ਦਿਨਾਂ ਵਿੱਚ ਇੱਕ ਮਹੀਨੇ ਵਿੱਚ ਲਗਭਗ ਕਈ ਲੱਖ ਰੁਪਇਆ ਪੌਂਡਾਂ ਦੇ ਹਿਸਾਬ ਨਾਲ ਇਕੱਠਾ ਹੋ ਗਿਆ ਤੇ ਸਿਰਫ ਦਾਸ ਨੇ ਤਾਂ ਕੇਵਲ ਇੰਨੀ ਡਿਊਟੀ ਨਿਭਾਉਂਦਾ ਸੀ ਕਿ ਇਹ ਥੋੜ੍ਹੀ ਜਿਹੀ ਸੰਗਤ ਨੂੰ ਭਾਵਪੂਰਤ ਸ਼ਬਦਾਂ ਵਿੱਚ ਅਪੀਲ ਕਰਦੇ ਨੇ ਤੇ ਉਸ ਅਪੀਲ ਦਾ ਅਸਰ ਸੰਗਤ ਕਬੂਲਦੀ ਸੀ ਔਰ ਜਿਹੜੇ ਸਮਝਦੇ ਨੇ ਨਾ ਸਾਡੇ ਕੇਸਾਂ ਹੈ ਕਿਉਂਕਿ ਜਿਹੜੇ ਜਿਹਨਾਂ ਨੂੰ ਸਤਿਗੁਰੂ ਨੇ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਹੋਈਆਂ ਗੁਰਲੀ ਗੁਰਲੀ ਜੁਲੀ ਜਿਹਨਾਂ ਨੂੰ ਪ੍ਰਸ਼ਾਦਾ ਪਾਣੀ ਵੀ ਪੂਰਾ ਮਿਲਦਾ ਸਿਰ ਤੇ ਛੱਤ ਮਿਲਦੀ ਹੈ ਕੰਮ ਮਿਲਦਾ ਉਹਨਾਂ ਲਈ ਦਸਵੰਧ ਕੱਢਣਾ ਕੋਈ ਬਹੁਤਾ ਔਖਾ ਨਹੀਂ ਹੁੰਦਾ ਤੇ ਸਾਡੀ ਦਸਵੰਧ ਗੁਰੂ ਸਾਹਿਬ ਦੀ ਰਵਾਇਤ ਹੈ ਗੁਰਸਿੱਖ ਲਈ ਤੇ ਉਸੇ ਦਸਵੰਧ ਦਾ ਹਿੱਸਾ ਹੀ ਇਹਨਾਂ ਬਿਲਡਿੰਗਾਂ ਤੇ ਲੱਗਾ ਹੋਇਆ ਔਰ ਉਹਨਾਂ ਦਸਵੰਧ ਦਾ ਹੀ ਗੁਰਸਿੱਖਾਂ ਦਾ ਹਿੱਸਾ ਜਿਹਨਾਂ ਨੇ ਦਸਵੰਧ ਆਪਣਾ ਭੇਜਿਆ ਉਸੇ ਕਰਕੇ ਇਹ ਇਮਾਰਤਾਂ ਤਿਆਰ ਹੋਈਆਂ ਅੱਜ ਲਗਭਗ ਮੈਂ ਪੁੱਛਦਾ ਸਾਂ 70 ਬੱਚੇ ਨੇ ਔਰ ਕਿੰਨੇ ਥਾਵਾਂ ਤੇ ਆਸ਼ਰਮ ਚੱਲ ਰਹੇ ਨੇ ਔਰ ਲਗਭਗ 40 ਹੁਣ ਵੀ ਬਲਾਈਂਡ ਬੱਚੇ ਨੇ ਜਿਹਨਾਂ ਨੂੰ ਵਿਖਾਈ ਨਹੀਂ ਦਿੰਦਾ ਜਿਹਨੂੰ ਨਹੀਂ ਵਿਖਾਈ ਦਿੰਦਾ ਉਹਨੂੰ ਰੋਟੀ ਰੋਜ਼ੀ ਦੇ ਕਾਬਲ ਕਰ ਦੇਣਾ ਆਪਣੇ ਆਪ ਹੀ ਛੋਟੀ ਗੱਲ ਨਹੀਂ ਹੈ ਔਰ ਮੈਨੂੰ ਇਹ ਵੀ ਦੱਸਿਆ ਕਿ ਲਗਭਗ 10 ਬੱਚੇ ਨੇ ਜਿਹੜੇ ਗਵਰਨਮੈਂਟ ਸਰਵਿਸ ਵਿੱਚ ਚਲੇ ਗਏ ਇੱਥੋਂ ਪੜ੍ਹ ਕੇ ਇੱਥੋਂ ਟ੍ਰੇਨ ਹੋ ਕੇ ਇੱਥੋਂ ਤਿਆਰ ਹੋ ਕੇ ਸਰਕਾਰੀ ਨੌਕਰੀ ਵਿੱਚ ਚਲੇ ਗਏ ਨੇ ਉਹ ਆਪਣੇ ਪਰਿਵਾਰ ਪਾਲਣਗੇ ਤੇ ਜੇ ਉਹ ਘਰ ਵਿੱਚ ਹੁੰਦੇ ਤੇ ਘਰ ਵਿੱਚ ਨਾ ਤੇ ਕੋਈ ਕੰਮ ਕਰ ਸਕਦੇ ਸੀ ਨਾ ਕੁਝ ਸਿੱਖ ਸਕਦੇ ਸਨ ਨਾ ਕੋਈ ਸਿਖਾਉਂਦਾ ਹੀ ਹੈ ਕਿਉਂਕਿ ਬਹੁਤ ਸਾਰਾ ਸਮਾਜ ਦਾ ਇੱਦਾਂ ਦਾ ਹਿੱਸਾ ਹੈ ਜਿਹੜਾ ਆਮ ਡੇਰਿਆਂ ਵਿੱਚ ਗੁਰਦੁਆਰਿਆਂ ਵਿੱਚ ਚਲੇ ਜਾਂਦੇ ਨੇ ਉੱਥੇ ਜਾ ਕੇ ਪ੍ਰਸ਼ਾਦਾ ਪਾਣੀ ਛੱਕ ਛੱਡਦੇ ਨੇ ਬੈਠ ਉੱਠ ਸਕਦੇ ਨੇ ਕਰਦੇ ਕੁਛ ਨਹੀਂ ਪਰ ਗੁਰਮਤਿ ਸੰਗੀਤ ਦੀ ਸਿੱਖਿਆ ਦੇਣੀ ਨਾਲ ਐਜੂਕੇਟ ਕਰਨਾ ਪੜ੍ਹਾਈ ਲਈ ਇਹ ਸਾਰੇ ਕਾਰਨ ਇਸ ਮਹਾਨ ਸੰਸਥਾ ਵੱਲੋਂ ਕੀਤੇ ਜਾਂਦੇ ਨੇ ਗੁਰੂ ਪਿਆਰੇ ਸਤਿਸੰਗ ਜੀਓ ਮਹਾਂਪੁਰਸ਼ਾਂ ਨੇ ਚਲੇ ਜਾਣਾ ਜੋੜਾ ਵਾਲਿਆਂ ਨੇ ਮੰਤਰੀ ਕਰਦਾ ਵੀ ਉਹਨਾਂ ਨੂੰ ਭੇਜੀਏ ਪਰ ਡਿਊਟੀਆਂ ਦਰਗਾਹੋਂ ਲੱਗੀਆਂ ਹੁੰਦੀਆਂ ਮਹਾਂਪੁਰਸ਼ਾਂ ਦੀਆਂ ਕੋਈ ਹੋਰ ਵੀ ਜ਼ਰੂਰੀ ਕਾਰਜ ਨੇ ਜਿਹਨਾਂ ਕਾਰਜਾਂ ਕਰਕੇ ਉਹਨਾਂ ਨੇ ਜਾਣਾ ਮੈਂ ਬੇਨਤੀ ਕਰਾਂ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਝੇੜੂ ਵਾਲੇ ਮੰਦਰ ਸਾਹਿਬ ਰਣਜੀਤ ਸਿੰਘ ਹੋਣੀ ਸਾਰੇ ਰਲ ਕੇ ਮਹਾਂਪੁਰਸ਼ਾਂ ਨੂੰ ਜਲ ਸਾਹਿਬ ਨੂੰ ਗੁਰੂ ਘਰ ਵੱਲੋਂ ਸਨਮਾਨ ਦਿੰਦੇ ਹਨ ਇਸ ਮੌਕੇ ਤੇ ਸਰਦਾਰ ਜਰਨੈਲ ਸਿੰਘ ਵਾਹਦ ਚੇਅਰਮੈਨ ਮਾਰਕਫੈਡ ਪੰਜਾਬ ਸਰਦਾਰ ਸਰਵਨ ਸਿੰਘ ਕੁਲਾਰ ਮੈਂਬਰ ਸ਼੍ਰੋਮਣੀ ਪ੍ਰਬੰਧਕ ਕਮੇਟੀ ਸਰਦਾਰ ਰਣਜੀਤ ਸਿੰਘ ਕਾਲੋਂ ਮੈਂਬਰ ਸ਼੍ਰੋਮਣੀ ਪ੍ਰਬੰਧਕ ਕਮੇਟੀ ਸਰਦਾਰ ਬਲਦੇਵ ਸਿੰਘ ਕਲਿਆਣ ਮੈਂਬਰ ਸ਼੍ਰੋਮਣੀ ਪ੍ਰਬੰਧਕ ਕਮੇਟੀ ਸਰਦਾਰ ਦਲਜੀਤ ਸਿੰਘ ਕਾਲੋਂ ਚੇਅਰਮੈਨ ਮਹਿਤਪੁਰ ਜਥੇਦਾਰ ਕੁਲਵੰਤ ਸਿੰਘ ਈਸਰਪੁਰ ਕਰਤਾਰਪੁਰ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਤੇ ਕੈਂਸਰ ਅਤੇ ਅੱਖਾਂ ਦੇ ਮੁਫਤ ਚੈੱਕਅਪ ਕੈਂਪ ਅਤੇ ਆਪਰੇਸ਼ਨ ਕੈਂਪ ਵੀ ਲਗਾਏ ਗਏ ਆ
28ਵੇਂ ਸਾਲਾਨਾ ਸਮਾਗਮ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦੀ ਵਿੱਚ ਬੈਠ ਕਰਕੇ ਗੁਰੂ ਸ਼ਬਦ ਸਰਵਨ ਕਰ ਰਹੇ ਹੋ। ਅਤਿ ਸਤਿਕਾਰਯੋਗ ਸੰਤ ਬਾਬਾ ਕਰਮਜੀਤ ਸਿੰਘ ਜੀ ਪਧਿਆਣੇ ਵਾਲੇ ਮਹਾਂਪੁਰਸ਼ ਪਹੁੰਚੇ ਨੇ, ਉਹਨਾਂ ਨੂੰ ਆਸ਼ਰਮ ਦੀ ਪ੍ਰਬੰਧਕ ਕਮੇਟੀ ਵੱਲੋਂ, ਇਹ ਆਸ਼ਰਮ ਦੇ ਨੇਤਰਹੀਣ ਬੱਚਿਆਂ ਬੱਚਿਆਂ ਬਜ਼ੁਰਗਾਂ ਵੱਲੋਂ ਜੀਓ ਆਇਆਂ ਨੂੰ, ਉਹਨਾਂ ਦਾ ਚੱਲਿਆ ਹੋਇਆ ਕਦਮ ਕਦਮ ਸਾਡੇ ਸਾਰੇ ਪ੍ਰਬੰਧਕਾਂ ਦੇ ਬੱਚਿਆਂ ਦੇ ਮੱਥੇ ਤੇ, ਮਹਾਂਪੁਰਸ਼ ਬੱਚਿਆਂ ਨਾਲ ਵੀ ਬੜਾ ਪਿਆਰ ਕਰਦੇ ਨੇ ਤੇ ਦਾਸ ਨਾਲ ਵੀ ਬਹੁਤ ਦਿਲੀ ਪਿਆਰ ਕਰਦੇ ਨੇ। ਦਾਸਰਿਆਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਮਹਾਂਪੁਰਸ਼ ਪਹੁੰਚੇ ਨੇ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪ ਜੀ 15-20 ਮਿੰਟ ਲਈ ਸੰਗਤਾਂ ਨੂੰ ਗੁਰੂ ਸਾਹਿਬ ਨਾਲ ਜੋੜਨਾ ਕਰੋ, ਸਟੇਜ 'ਤੇ ਬੈਠੋ। ਆਪਣੇ ਚਿੱਤ ਨੂੰ ਪੜ੍ਹਨਾ ਕਿਸੇ ਵਿਰਲੇ ਵਿਰਲੇ ਪਰ ਉਪਕਾਰੀ ਦੇ ਹਿੱਸੇ ਆਉਂਦਾ, ਦੂਸਰੇ ਦੇ ਚਿੱਤ ਦੇ ਖਿਆਲਾਂ ਨੂੰ ਪੜ੍ਹ ਲੈਣਾ, ਇਤਿਹਾਸ ਨੂੰ ਪੜ੍ਹ ਲੈਣਾ, ਬੀਤੇ ਸਮੇਂ ਨੂੰ ਪੜ੍ਹ ਲੈਣਾ, ਬੀਤੇ ਸਮੇਂ ਦੇ ਮਹਾਂਪੁਰਖਾਂ ਦੇ ਮਨ ਦੇ ਖਿਆਲਾਂ ਨੂੰ ਪੜ੍ਹ ਲੈਣਾ, ਇਹ ਵਿਦਵਾਨਾਂ ਦੇ ਹਿੱਸੇ ਆਉਂਦਾ। ਆਪਣੇ ਚਿੱਤ ਦੇ ਖਿਆਲ ਨੂੰ ਪੜ੍ਹ ਲੈਣਾ ਇਹ ਮਹਾਂਪੁਰਖਾਂ ਦੇ ਪਰ ਉਪਕਾਰੀਆਂ ਦੇ ਹਿੱਸੇ ਆਉਂਦਾ। ਸਤਿਕਾਰਯੋਗ ਇਹਨਾਂ ਸਤਿਕਾਰਯੋਗ ਰਾਗੀ ਸਿੰਘ ਸਾਹਿਬਾਨ ਵੀਰਾਂ ਨੇ ਮਿਲ ਕਰਕੇ ਜਿਨ੍ਹਾਂ ਆਪਣੇ ਸਰੀਰ ਦੇ ਉੱਤੇ ਇਹ ਸੰਤਾਪ ਹੰਢਾਇਆ ਕਿ ਸਰੀਰਕ ਤੌਰ 'ਤੇ ਜੇ ਕਮੀ ਆਵੇ ਤੇ ਚਿੱਤ ਦੇ ਵਿੱਚ ਕਿੰਨੇ ਵਿਕਸ਼ੇਪ ਪੈਦਾ ਹੁੰਦੇ ਨੇ, ਸਤਿਗੁਰਾਂ ਨੇ ਇਹ ਮਹਾਨ ਰਹਿਮਤ ਇਹਨਾਂ ਉੱਤੇ ਕੀਤੀ। ਭਾਈ ਸਾਹਿਬ ਸ਼ੀਤਲ ਸਿੰਘ ਜੀ ਸਤਾਰਾ ਜੀ ਬੈਠੇ ਨੇ, ਇਹਨਾਂ ਨੂੰ ਪਤਾ ਹੈ ਜਾਂ ਫਿਰ ਵਾਹਿਗੁਰੂ ਨੂੰ ਪਤਾ ਹੈ ਕਿ ਆਸ਼ਰਮ ਕਿਵੇਂ ਹੋਂਦ ਵਿੱਚ ਆਇਆ। ਆਮ ਬੰਦਿਆਂ ਦਾ ਖਿਆਲ ਕਬੀਰ ਸਾਹਿਬ ਜੀ ਚਿੱਤ ਦੀ ਵਿਰਤੀ ਨੂੰ ਪਵਿੱਤਰ ਖਿਆਲ ਦੇ ਰਾਹੀਂ ਫਰਮਾਨ ਕਰਦੇ ਨੇ, ਕਬੀਰ ਬਿਕਾਰ ਹੈ ਚਿੱਤਵਤੇ ਝੂਠੇ ਕਰਤੇ ਆਸ, ਮਨੋਰਥ ਕੋਈ ਨਾ ਪੂਰਿਓ ਚਾਲੇ ਊਠ ਨਿਰਾਸ। ਕਬੀਰ ਸਾਹਿਬ ਚਿੱਤ ਦੀ ਵਿਰਤੀ ਦਾ ਨਿਰਣਾ ਕਰਕੇ ਗੁਰਬਾਣੀ ਦੇ ਅੰਦਰ ਉਜਾਗਰ ਕਰਦੇ ਨੇ ਕਿ ਕੁਝ ਲੋਕ ਸੰਸਾਰ ਵਿੱਚ ਆਉਂਦੇ ਨੇ, ਉਹ ਆਪਣੇ ਚਿੱਤ ਵਿੱਚੋਂ ਵਿਕਾਰਾਂ ਨੂੰ ਪੜ੍ਹਦੇ ਨੇ। ਕਿਉਂ? ਚਿੱਤ ਦੇ ਵਿੱਚ ਗੁਰਬਾਣੀ ਵੀ ਵੱਸ ਸਕਦੀ ਹੈ, ਯਾਦਾਸ਼ਤ ਦੇ ਵਿੱਚ ਵਿਕਾਰ ਵੀ ਵੱਸ ਸਕਦੇ ਨੇ। ਖਿਆਲ ਕਰਨਾ, ਜਿਹਦੇ ਹਿਰਦੇ ਵਿੱਚ ਚਿੱਤ ਵਿੱਚ ਵਿਕਾਰ ਵੱਸਦੇ ਨੇ ਉਹ ਭਾਵੇਂ ਮਹਾਂਪੁਰਖਾਂ ਵਾਲਾ ਬਾਣਾ ਕਿਉਂ ਨਾ ਪਾ ਕੇ ਬੈਠਾ ਹੋਵੇ, ਉਹ ਆਪਣੇ ਹਿਰਦੇ ਦੇ ਵਿਕਾਰਾਂ ਨੂੰ ਹੀ ਢੋਂਦਾ ਰਹਿੰਦਾ। ਕਬੀਰ ਸਾਹਿਬ ਕਹਿੰਦੇ ਨੇ ਕਬੀਰ ਵਿਕਾਰ ਹੈ ਚਿੱਤਵਤੇ, ਵਿਕਾਰਾਂ ਨੂੰ ਚੇਤੇ ਕਰਦਿਆਂ ਕਰਦਿਆਂ ਸੰਸਾਰ ਦੇ ਅੰਦਰ ਉਹਦੇ ਸਵਾਸ ਮੁੱਕ ਜਾਂਦੇ ਨੇ, ਉਹ ਝੂਠ ਦੀ ਆਸ ਪਿਆ ਕਰਦਾ। ਜਿਹੜੇ ਝੂਠ ਦੀ ਆਸ ਕਰਦੇ ਨੇ ਉਹਨਾਂ ਦਾ ਕੋਈ ਵੀ ਮਨੋਰਥ ਪੂਰਾ ਨਹੀਂ ਹੁੰਦਾ। ਅੱਜ ਤੁਹਾਡੇ ਸਨਮੁੱਖ ਇਹਨਾਂ ਸਤਿਕਾਰਯੋਗ ਬਜ਼ੁਰਗਾਂ ਦਾ ਮਨੋਰਥ ਪੂਰਾ ਹੋਇਆ ਵਿਖਾਈ ਦਿੰਦਾ। ਪੂਰੇ ਪ੍ਰੋਗਰਾਮ ਨੂੰ ਨੇਪਰੇ ਚਾੜਨ ਵਿੱਚ ਸਰਦਾਰ ਸੁਖਦੇਵ ਸਿੰਘ ਬਾਹੀਆ ਪ੍ਰਧਾਨ, ਸਰਦਾਰ ਚਰਨ ਸਿੰਘ ਸ਼ੇਰਗਿੱਲ ਜਨਰਲ ਸਕੱਤਰ, ਸਰਦਾਰ ਨਵਦੀਪ ਸਿੰਘ ਅਨੋਖਰਵਾਲ ਸਹਾਇਕ ਸਕੱਤਰ, ਸਰਦਾਰ ਰਣਬੀਰ ਸਿੰਘ ਰਾਏ ਉਪ ਪ੍ਰਧਾਨ, ਸਰਦਾਰ ਪਰਮਜੀਤ ਸਿੰਘ ਮਾਨ ਸਕੱਤਰ ਕੈਨੇਡਾ, ਸਰਦਾਰ ਮੁਖਤਾਰ ਸਿੰਘ ਮੈਨੇਜਰ, ਸਰਦਾਰ ਬਲਵੀਰ ਸਿੰਘ ਨਾਰਾਵਾਲੀ ਦਾ ਵਿਸ਼ੇਸ਼ ਸਹਿਯੋਗ ਰਿਹਾ।
Tere mein tan ki ho
ਨਾਨਕ ਮਿਸ਼ਨ ਬਿਰਧ ਆਸ਼ਰਮ ਨੇਤਰਹੀਣ ਬੱਚਿਆਂ ਦੇ ਸਮਾਗਮ ਵਿੱਚ ਪਹੁੰਚੀ ਸਾਰੀ ਸੰਗਤ ਜੀਓ, ਇਸ ਆਸ਼ਰਮ ਦਾ 28ਵਾਂ ਸਮਾਗਮ ਹੈ। ਆਪ ਸਭ ਦੂਰੋਂ ਨੇੜਿਓਂ ਸਾਰੀ ਸੰਗਤ ਨੇ ਪਹੁੰਚ ਕੇ ਵੱਡਾ ਯੋਗਦਾਨ ਪਾਇਆ ਹੈ। ਸਤਾਰਾ ਜੀ ਨੇ ਬੜੀ ਵਧੀਆ ਗੱਲ ਕਹਿ ਕੇ ਗਏ ਸੀ, ਜੌਲ ਸਾਹਿਬ ਨੇ ਉਸ ਤੋਂ ਪਹਿਲਾਂ ਵੀ ਬਹੁਤ ਵਧੀਆ ਬੋਲਿਆ ਕਿ ਜੇ ਮਨੁੱਖ ਦਾ ਇੱਕ ਅੰਗ ਨਾਲੋਂ ਚਲਾ ਜਾਵੇ ਤੇ ਕਿੰਨੀ ਵੱਡੀ ਸਮੱਸਿਆ ਆ ਜਾਂਦੀ ਹੈ, ਤੇ ਜਿਹਨੂੰ ਕੁਦਰਤ ਨੇ ਪਹਿਲਾਂ ਹੀ ਅੰਗ ਨਹੀਂ ਦਿੱਤੇ, ਅੱਖਾਂ ਨਹੀਂ ਦਿੱਤੀਆਂ, ਲੱਤ ਨਹੀਂ ਦਿੱਤੀ, ਉਹਦਾ ਕੀ ਹਾਲ ਹੋਊਗਾ? ਕਦੇ ਆਪਣੇ ਆਪ ਤੇ ਢਾਲ ਕੇ ਵੇਖੋ ਕਿ ਅਸੀਂ ਤੁਰਦੇ ਫਿਰਦੇ ਜੇ ਇੱਕਦਮ ਅਪਾਹਜ ਹੋ ਜਾਈਏ ਤੇ ਸਾਡੇ ਤੇ ਕਿਵੇਂ ਬੀਤਦੀ ਆ। ਤੇ ਉਹ ਚਾਰ ਮਹਾਂਪੁਰਸ਼ ਜਿਹਨਾਂ ਵਿੱਚ ਸਤਾਰਾ ਜੀ ਸ਼ਾਮਲ ਹੈ, ਉਸ ਪਰ ਜੋ ਗਮਨ ਕਰਦੇ ਹਨ, ਉਹਨਾਂ ਨੇ ਇਸ ਆਸ਼ਰਮ ਦਾ ਨੀਂਹ ਪੱਥਰ ਰੱਖਿਆ। ਕਿੱਡੀ ਵੱਡੀ ਸੋਚ ਹੋਊਗੀ! ਗੁਰਬਾਣੀ ਦਾ ਕਥਨ ਹੈ, ਕੀਤਾ ਕਰਨਾ ਸਰਬ ਰਜਾਏ ਕਿਸ ਕੀਤੇ ਜੇ ਕਰ ਸਕੀਏ। ਜੇ ਮੈਨੂੰ ਕੁਛ ਕਰ ਸਕਦਾ ਤੇ ਉਹਨੂੰ ਇਹੋ ਜਿਹੇ ਚੰਗੇ ਕੰਮ ਕਰਨੇ ਚਾਹੀਦੇ ਹੈ। ਨੇਤਰਹੀਣ ਬਿਰਧ ਆਸ਼ਰਮ ਜੀ ਟੀ ਰੋਡ ਸਪਰੋੜ ਨੰਗਲ ਫਗਵਾੜਾ ਤੋਂ, ਜੋ ਕਿ ਆਸ਼ਰਮ ਦਾ 28ਵਾਂ ਸਾਲਾਨਾ ਸਮਾਗਮ ਬੜੀ ਧੂਮਧਾਮ ਨਾਲ 2 ਮਾਰਚ ਤੋਂ ਲੈ ਕੇ ਅੱਜ 5 ਮਾਰਚ ਤੱਕ ਸੰਪੂਰਨਤਾ ਹੋਈ ਆ। 2 ਅਤੇ 3 ਮਾਰਚ ਨੂੰ ਨੇਤਰਹੀਣ ਬੱਚਿਆਂ ਦੇ ਕ੍ਰਿਕਟ ਮੈਚ ਕਰਵਾਏ ਗਏ ਨੇ, ਜਿਹੜੇ ਮੈਚ ਵਿੱਚ ਰਾਜਸਥਾਨ ਤੋਂ ਕ੍ਰਿਕਟ ਮੈਚ ਅਤੇ ਇੱਕ ਟੀਮ ਪੰਜਾਬ ਦੀ ਟੀਮ ਦੋਨਾਂ ਵਿੱਚ ਮੈਚ ਹੋਏ ਨੇ, ਜਿਹਦੇ ਵਿੱਚ ਪੰਜਾਬ ਦੀ ਟੀਮ ਹਾਰ ਗਈ ਆ ਅਤੇ ਰਾਜਸਥਾਨ ਦੀ ਟੀਮ ਜਿੱਤ ਕੇ ਜੋ ਇਨਾਮ ਪ੍ਰਾਪਤ ਕਰਕੇ ਲੈ ਗਈ ਆ, ਕੱਪ ਲੈ ਕੇ ਗਏ ਆ। ਅੱਜ ਦਾ ਜਿਹੜਾ ਸਲਾਨਾ ਸਮਾਗਮ ਸੀ, ਪਰਸੋਂ ਰੋਜ਼ ਤੋਂ ਖੰਡ ਪਾਠ ਰੱਖੇ ਹੋਏ ਸਨ। ਅੱਜ ਰਾਗੀ ਸਿੰਘਾਂ ਨੇ, ਗ੍ਰੰਥੀ ਸਿੰਘਾਂ ਨੇ, ਕਥਾ ਵਾਚਕਾਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਸੁਣਵਾ ਕੇ ਨਿਹਾਲ ਕੀਤਾ। ਉਹਦੇ ਵਿੱਚ ਨਾਲ ਨਾਲ ਇੱਥੇ ਆਸ਼ਰਮ ਵੱਲੋਂ ਅੱਖਾਂ ਦਾ ਕੈਂਪ ਲਵਾਇਆ ਗਿਆ, ਜਿਹਦੇ ਵਿੱਚ ਕਿ 50 ਲੋਕਾਂ ਦੇ ਅੱਖਾਂ ਦੇ ਓਪਰੇਸ਼ਨ ਕੀਤੇ ਗਏ ਨੇ। ਤਕਰੀਬਨ 400-500 ਬੰਦੇ ਦੀ ਅੱਖਾਂ ਦੀਆਂ ਐਨਕਾਂ ਲਾਈਆਂ ਗਈਆਂ ਨੇ, ਦੂਰ ਦੀਆਂ, ਨੇੜੇ ਦੀਆਂ। ਨਾਲ ਦੀ ਨਾਲ ਕੈਂਸਰ ਰੋਗ ਡਾਕਟਰ ਲਗਾਇਆ ਗਿਆ, ਜਿਹਦੇ ਵਿੱਚ ਕਿ 350 ਬੰਦੇ ਦਾ ਚੈੱਕਅਪ ਹੋਇਆ ਵਾ ਅਤੇ 31 ਮਾਰਚ ਨੂੰ ਉਹਨਾਂ ਦੇ ਰਿਜ਼ਲਟ ਆਉਣੇ ਨੇ। ਇਸੇ ਤਰ੍ਹਾਂ ਸੰਦੀਪ ਹੋਮਿਓਪੈਥੀ ਵੱਲੋਂ ਜਿਹੜਾ ਕੈਂਪ ਲਾਇਆ ਗਿਆ, ਉਹਦੇ ਵਿੱਚ 700-800 ਬੰਦੇ ਨੂੰ ਤਕਰੀਬਨ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਨੇ, ਜੋ ਕਿ ਸਾਰਾ ਕੁਝ ਇਹ ਆਸ਼ਰਮ ਦੀ ਪ੍ਰਬੰਧਕ ਕਮੇਟੀ ਵੱਲੋਂ ਮੁਹੱਈਆ ਕੀਤਾ ਗਿਆ। ਇਸ ਆਸ਼ਰਮ ਦੇ ਵਿੱਚ ਰਹਿੰਦੇ ਬੱਚੇ ਜਿਹੜੇ ਨੇ, ਉਹਨਾਂ ਨੇ ਰਾਜਸਥਾਨ ਦੀ ਟੀਮ ਦੇ ਨਾਲ ਰੱਸਾਕਸ਼ੀ ਦੀ ਟੀਮ ਖੇਡੀ ਆ, ਉਹਦੇ ਵਿੱਚ ਆਸ਼ਰਮ ਦੀ ਟੀਮ ਜਿਹੜੀ ਜੇਤੂ ਰਹੀ ਆ, ਅਤੇ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ ਇਹ ਸਾਰੇ ਕਾਰਜ ਜਿਹੜੇ ਸੰਪੂਰਨ ਹੋਏ ਨੇ। ਇਸ ਆਸ਼ਰਮ ਵਿੱਚ ਤਕਰੀਬਨ 100-125 ਦੇ ਲਾਗੇ ਨੇਤਰਹੀਣ ਬੱਚੇ ਰਹਿੰਦੇ ਨੇ, ਨੇਤਰਹੀਣ ਬੱਚੀਆਂ ਨੇ, ਹੈਂਡੀਕੈਪ ਬੱਚੇ ਨੇ, ਯਤੀਮ ਬੱਚੇ ਨੇ। ਇੱਥੇ ਬੱਚਿਆਂ ਨੂੰ ਸਾਰਿਆਂ ਨੂੰ ਕੰਪਿਊਟਰ ਦੀ ਵਿੱਦਿਆ ਦਿੱਤੀ ਜਾਂਦੀ ਆ, ਨਾਲ ਦੀ ਨਾਲ ਇਹਨਾਂ ਨੂੰ ਬਾਜਾ, ਤਬਲਾ, ਹਰਮੋਨੀਅਮ, BA, MA ਤੱਕ, ਜਿੱਥੋਂ ਤੱਕ ਵੀ ਬੱਚਾ ਪੜ੍ਹ ਸਕੇ ਉੱਥੋਂ ਤੱਕ ਸਾਰਾ ਬੱਚਿਆਂ ਨੂੰ ਪੜ੍ਹਾਇਆ ਜਾਂਦਾ। ਇਹ ਸਾਰਾ ਕੁਝ ਸਾਰੀ ਸੰਗਤ ਦੇ ਸਹਿਯੋਗ ਨਾਲ ਕਰਾਇਆ ਜਾਂਦਾ। ਇਹ ਆਸ਼ਰਮ ਜਿਹੜਾ ਬਿਲਕੁਲ ਕਬਾਨਾ ਦੇ ਲਾਗੇ ਲਵਲੀ ਯੂਨੀਵਰਸਿਟੀ ਦੇ ਵਿਚਕਾਰ ਬਿਲਕੁਲ ਬਣਿਆ ਹੋਇਆ, ਨਾਲ ਦੀ ਨਾਲ ਗੁਰਦੁਆਰਾ ਸਾਹਿਬ ਬਣਿਆ ਹੋਇਆ, ਆਨੰਦ ਕਾਰਜ ਹੁੰਦੇ ਨੇ।
ਸੰਗਤਾਂ ਦੇ ਚਰਨਾਂ 'ਚ ਬੇਨਤੀ ਆ, ਕਿਤੇ ਵੀ ਕੋਈ ਨੇਤਰਹੀਣ ਬੱਚਾ ਹੋਵੇ, ਕੋਈ ਹੈਂਡੀਕੈਪ ਬੱਚਾ ਹੋਵੇ, ਕੋਈ ਯਤੀਮ ਬੱਚਾ ਹੋਵੇ, ਕੋਈ ਗਰੀਬ ਬੱਚਾ ਵੀ ਹੋਵੇ ਜਿਹਦਾ ਮਾਂ ਪਿਓ ਘਰ ਵਿੱਚ ਨਾ ਪੜ੍ਹਾ ਸਕਦਾ ਹੋਵੇ, ਉਹ ਆਪ ਦੀ ਕਿਰਪਾ ਕਰਕੇ ਇਸ ਗੁਰੂ ਨਾਨਕ ਮਿਸ਼ਨ ਨੇਤਰਹੀਣ ਬਿਰਧ ਆਸ਼ਰਮ ਵਿੱਚ ਪਹੁੰਚਾਓ, ਤਾਂ ਜੋ ਹਰ ਇੱਕ ਬੱਚਾ ਬਰਸਰੀ ਰੁਜ਼ਗਾਰ ਹੋ ਸਕੇ। ਆਸ਼ਰਮ ਦੇ ਜਿਹੜੇ ਪ੍ਰਬੰਧਕ ਨੇ ਉਹ ਆਪ ਵੀ ਖੁਦ ਸਵਰਗਵਾਸੀ ਸਰਦਾਰ ਗਿਆਨ ਸਿੰਘ ਜੀ ਸੁਰਜੀਤ, ਸਵਰਗਵਾਸੀ ਸਰਦਾਰ ਰਜਿੰਦਰ ਸਿੰਘ ਜੀ ਭੱਟੀ ਅਤੇ ਸਤਿਕਾਰਯੋਗ ਸੀਤਲ ਸਿੰਘ ਸਤਾਰਾ, ਸਤਿਕਾਰਯੋਗ ਸਰਦਾਰ ਅਵਤਾਰ ਸਿੰਘ ਮਾਨ, ਇਹ ਚਾਰੇ ਬੰਦੇ ਆਪ ਹੀ ਬਲਾਈਂਡ ਨੇ, ਨੇਤਰਹੀਣ ਨੇ, ਜਿਨ੍ਹਾਂ ਵੱਲੋਂ ਇਹ ਸਾਰਾ ਉਪਰਾਲਾ ਕੀਤਾ ਗਿਆ ਹੈ। ਸੋ ਬੜੀ ਖੂਬੀ ਨਾਲ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ, ਪ੍ਰਬੰਧਕਾਂ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਾਰੇ ਕਾਰਜ ਚੱਲ ਰਹੇ ਨੇ। ਇੰਨਾ ਕੁਝ ਕਹਿੰਦਾ ਹੋਇਆ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਸਹਿਯੋਗ ਦੇ ਕੇ ਸਾਰਾ ਇਹ ਪ੍ਰੋਗਰਾਮ ਅੱਜ ਦਾ ਜੋ ਉਹ ਨੇਪਰੇ ਚੜ੍ਹਿਆ ਹੈ ਜੀ। ਸੋ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।